ਗਲੀਆਂ ਮੁਹੱਲਿਆਂ ਵਿੱਚ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਤੁਸੀਂ ਅਕਸਰ ਦੇਖੇ ਹੋਣਗੇ, ਪਰ ਇਹ ਜੰਜਾਲ ਕਿੰਨੇ ਖਤਰਨਾਕ ਹੋ ਸਕਦੇ ਨੇ ਇਸ ਘਟਨਾ ਤੋਂ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦਰਅਸਲ ਜਲੰਧਰ ਦੀ ਬਸਤੀ ਦਾਨਿਸ਼ਮੰਦਾ 'ਚ ਪੈਂਦੇ ਇਲਾਕੇ ਗ੍ਰੀਨ ਵੈਲੀ 'ਚ ਕੱਲ੍ਹ ਦੇਰ ਸ਼ਾਮ ਸ਼ਾਰਟ ਸਰਕਟ ਹੋ ਗਿਆ। ਇਸ ਸ਼ਾਰਟ ਸਰਕਟ ਦੇ ਨਾਲ ਲੱਗੀ ਅੱਗ ਦੇ ਨਾਲ 90% ਇੱਕ 13 ਸਾਲਾ ਲੜਕਾ ਝੁਲਸ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਾਇਆ ਗਿਆ। ਦੱਸਿਆ ਜਾ ਰਿਹਾ ਕਿ 13 ਸਾਲਾ ਲੜਕਾ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਉੱਥੇ ਇਸ ਦੀ ਸੂਚਨਾ ਮਿਲਦਿਆਂ ਹੀ PSPCL ਦੁਆਰਾ ਘਟਨਾ ਸਥਲ ਦਾ ਜਾਇਜ਼ਾ ਲਿਆ ਗਿਆ ਤੇ ਤਾਰਾਂ ਨੂੰ ਠੀਕ ਕਰਨ ਦੇ ਲਈ ਟੀਮ ਭੇਜੀ ਗਈ ਹੈ। ਇਸ ਮੌਕੇ ਇਲਾਕਾ ਨਿਵਾਸੀ ਸਚਿਨ ਨੇ ਦੱਸਿਆ ਕਿ ਪਹਿਲਾਂ ਵੀ ਇਸ ਇਲਾਕੇ ਵਿੱਚ ਤਾਰਾਂ ਥੱਲੇ ਡਿੱਗਣ ਕਾਰਨ ਹਾਦਸੇ ਹੋ ਚੁੱਕੇ ਨੇ, ਪਰ ਕੋਈ ਵੀ ਇਸ ਦੀ ਜਾਣਕਾਰੀ ਬਿਜਲੀ ਬੋਰਡ ਵੱਲੋਂ ਨਹੀਂ ਲਈ ਗਈ। ਉੱਥੇ PSPCL ਦੇ ਅਧਿਕਾਰੀ ਇੰਦਰ ਮੋਹਨਜੀਤ ਸਿੰਘ ਨੇ ਦੱਸਿਆ ਕਿ ਜਿਸ ਘਰ ਦੇ ਕੋਲ ਹਾਦਸਾ ਹੋਇਆ ਉਸ ਨੂੰ ਪਹਿਲਾਂ ਵੀ ਆਗਾਹ ਕੀਤਾ ਗਿਆ ਸੀ ਕਿ ਘਰ ਦੇ ਉੱਪਰ ਦਾ ਹਿੱਸਾ ਹਟਾਇਆ ਜਾਵੇ। ਉਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ, ਪਰ ਉਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਹੋਇਆ। ਜੀ ਭਾਅ ਜੀ, ਕੀ ਨਾਮ ਆਪਣਾ ਜੀ, ਕਿਹੜਾ ਏਰੀਆ ਪੈਂਦਾ, ਕੀ ਹੋਇਆ? ਮੇਰਾ ਨਾਮ ਸਚਿਨ ਹੈ ਜੀ। ਇਹ ਏਰੀਆ ਜਿਹੜਾ ਪੈਂਦਾ ਜੀ ਗ੍ਰੀਨ ਵੈਲੀ, ਓਪੋਜਿਟ ਬਲਵੰਤ ਬ੍ਰਦਰ ਫੈਕਟਰੀ, ਬਸਤੀ ਦਾਨਿਸ਼ ਬੰਦਾ ਜੀ, ਮੇਨ ਕਾਥਲ ਰੋਡ ਪੈਂਦਾ ਹੈਗਾ ਜੀ। ਜੀ ਸਰ, ਕੀ ਗੱਲ ਕੀ ਹੋਈ ਸਰ ਵਾਲੀ ਸਾਰਾ ਜਵਾਬ? ਗੱਲ ਕੀ ਸਰ, ਮੈਟਰ ਤੁਹਾਨੂੰ ਪਤਾ ਹੀ ਹੈ ਜੀ, ਕੱਲ੍ਹ ਵੀ ਚਾਹੇ ਕੀ ਸੀਗਾ, ਅੱਗੇ ਵੀ ਇੱਥੇ 2-3 ਵਾਰੀ ਨਾ ਐਕਸੀਡੈਂਟ ਹੋ ਚੁੱਕੇ ਆ। ਹਰ ਵਾਰੀ ਜਿਹੜਾ ਐਕਸੀਡੈਂਟ ਹੁੰਦਾ, ਤਾਰਾਂ ਥੱਲੇ ਕੋਈ ਨਾ ਕੋਈ ਬੰਦਾ ਆਪਣਾ ਮਕਾਨ ਬਣਾ ਲੈਂਦਾ, ਡਬਲ ਸਟੋਰੀ ਬਣਾ ਲੈਂਦਾ ਹੈਗਾ, ਉਹਦੇ ਕਰਕੇ ਤਾਰਾਂ ਜਦੋਂ ਗਰਮੀ ਆਉਂਦੀ ਆ ਤਾਰਾਂ ਨਾਲ ਲੱਗ ਜਾਂਦੀਆਂ, ਉਹਦੇ ਕਰਕੇ ਜਿਹੜੇ ਇੱਥੇ ਧਮਾਕੇ ਹੁੰਦੇ ਆ ਉਹਦੀ ਆਵਾਜ਼ ਘੱਟੋ ਘੱਟ ਵੀ ਇੱਥੋਂ ਲੈ ਕੇ ਕੋਰਟ ਸਟਰੀਟ ਤੱਕ ਜਾਂਦੀ ਆ ਜੀ, ਉਸ ਤੋਂ ਵੀ ਅੱਗੇ ਤੱਕ ਆਵਾਜ਼ ਲੋਕਾਂ ਨੂੰ ਸੁਣਾਈ ਦਿੰਦੀ ਆ। ਅੱਗੇ ਵੀ 3-4 ਵਾਰੀ ਸਾਰੇ ਘਰਾਂ ਦਾ ਸਮਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਕੰਧਾਂ ਤੱਕ ਪਾੜ ਚੁੱਕੀਆਂ ਇੱਥੇ ਲੋਕਾਂ ਦੀਆਂ, ਇਹ ਕਰੰਟ ਜਿਹੜੇ ਝਟਕੇ ਲੱਗਦੇ ਉਹਦੇ ਕਰਕੇ। ਹੁਣ ਕੀ ਸੀਗਾ, ਕੱਲ੍ਹ ਪਰਸੋਂ ਦੀ ਲਾਸਟ ਟਾਈਮ ਜਦੋਂ ਝਟਕਾ ਲੱਗਾ ਸੀਗਾ, ਉਦੋਂ ਇੱਕ ਬਿਲਡਿੰਗ ਇੱਥੇ ਡਬਲ ਸਟੋਰੀ ਬਣਾ ਬੈਠੇ ਸੀਗੇ, ਉਹਦੇ ਕਰਕੇ ਕਾਫੀ ਨੁਕਸਾਨ ਹੋਇਆ ਸੀਗਾ। ਉਹ ਬਿਲਡਿੰਗ ਢਵਾ ਦਿੱਤੀ ਗਈ ਸੀਗੀ ਬਿਜਲੀ ਮਹਿਕਮੇ ਵੱਲੋਂ, ਉਹਦੇ ਸਾਹਮਣੇ ਵੀ ਇੱਕ ਬਿਲਡਿੰਗ ਸੀਗੀ ਆਲਰੇਡੀ ਬਣੀ ਪਈ, ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਸੀਗੀ ਇਹਨਾਂ ਵੱਲੋਂ ਵੀ 15 ਦਿਨਾਂ ਦੇ ਵਿੱਚ ਤੁਸੀਂ ਆਪਣਾ ਢਵਾਓਗੇ ਮਕਾਨ, ਪਰ ਇਹਨਾਂ ਨੇ ਉਹਨਾਂ ਕੋਲ 30 ਦਿਨਾਂ ਦਾ ਟਾਈਮ ਮੰਗਿਆ ਸੀਗਾ। ਉਸ ਗੱਲ ਨੂੰ ਵੀ ਅੱਜ ਦੀ ਡੇਟ 'ਚ ਘੱਟੋ 6 ਮਹੀਨੇ ਤੋਂ ਸਾਲ ਹੋ ਚੁੱਕਿਆ, ਉਸ ਤੋਂ ਬਾਅਦ ਉਹਨਾਂ ਨੇ ਕੋਈ ਆਪਣਾ ਮਕਾਨ ਢਵਾਇਆ ਨਹੀਂ। ਉੱਤੋਂ ਉਹ ਕਮਰਾ ਅੱਜ ਤੋਂ 15-10 ਦਿਨ ਪਹਿਲਾਂ ਕਿਰਾਏ 'ਤੇ ਦੇ ਬੈਠੇ ਜੀ। ਉੱਥੇ ਜਿਹੜੇ ਕਿਰਾਏਦਾਰ ਆਏ ਸੀਗੇ ਉਹਨਾਂ ਦਾ ਕੋਈ ਲੜਕਾ ਸੀਗਾ, ਕੋਈ ਕੱਲ੍ਹ 10-11 ਸਾਲ ਦਾ, ਵਿਚਾਰਾ ਬਾਹਰ ਖੜਾ ਸੀਗਾ, ਗਰਮੀ ਜ਼ਿਆਦਾ ਸੀਗੀ, ਤਾਰ ਨੀਵੀਂ ਸੀਗੀ ਜੀ, ਉਹ ਪੂਰਾ ਹੀ ਤਾਰ ਨਾਲ ਛੋਟ ਸਰਕਟ ਹੋਇਆ, ਪੂਰਾ ਹੀ ਲੜਕਾ ਸੜ ਗਿਆ ਉਹਨਾਂ ਦਾ, ਘਰ ਦਾ ਸਮਾਨ ਤੱਕ ਸੜ ਗਿਆ, ਪੱਖੇ ਤੱਕ ਦੇ ਪਰ ਤੱਕ ਡੀਂਗੇ ਹੋ ਗਏ, ਕੰਧਾਂ ਤੱਕ ਪਾੜ ਗਈਆਂ ਜੀ ਉਹਨਾਂ ਦੀਆਂ। ਉਹ ਬੱਚਾ ਵੀ ਵਿਚਾਰਾ ਹੁਣ ਸੀਰੀਅਸ ਕੰਡੀਸ਼ਨ ਦੇ ਵਿੱਚ ਆ, ਉਸ ਤੋਂ ਬਾਅਦ ਫਿਰ ਮਹਿਕਮੇ ਵਾਲਿਆਂ ਨੂੰ ਸੱਦਿਆ ਗਿਆ ਸੀਗਾ, ਹੁਣ ਦੁਬਾਰਾ ਉਹਨਾਂ ਨੇ ਸਾਰੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ 2 ਦਿਨਾਂ ਦਾ ਟਾਈਮ ਦਿੱਤਾ ਜੀ, ਥੋੜਾ ਮੌਕੇ ਤੇ ਢਵਾਉਣਾ ਵੀ ਸ਼ੁਰੂ ਕਰਤਾ ਹੈ, ਜਿੰਨਾ ਕੁ ਮੇਨ ਆਪਾਂ ਨਹੀਂ। ਜੋ ਅੱਜ ਉੱਚ ਅਧਿਕਾਰੀ ਉਹਨਾਂ ਨੇ ਕੀ ਤੁਹਾਨੂੰ ਕਿਹਾ ਗਿਆ ਭਾਜੀ? ਉੱਚ ਅਧਿਕਾਰੀਆਂ ਨੂੰ ਸਾਨੂੰ ਕਿਹਾ ਗਿਆ ਵੀ ਢਵਾਉਣਾ ਸ਼ੁਰੂ ਕਰ ਦਿੱਤਾ ਗਿਆ, ਤੇ ਕੱਲ 2 ਦਿਨਾਂ ਦਾ ਟਾਈਮ ਦਿੱਤਾ ਗਿਆ, 2 ਦਿਨਾਂ 'ਚ ਪੂਰਾ ਆਪਣਾ ਢਵਾਣਗੇ ਉੱਪਰ ਵਾਲਾ ਪੋਰਸ਼ਨ ਜੀ। ਜੋ ਤੁਸੀਂ ਅੱਜ ਮੌਕੇ ਤੇ ਆਇਆ ਸਰ, ਜਿਹੜਾ ਕੱਲ੍ਹ ਇਤਿਹਾਸ ਹੋਇਆ ਸਰ, ਤਾਰਾਂ ਨੂੰ ਲੈ ਕੇ ਸਰ ਕੀ ਕਹਿਣਾ ਉਹਦੇ ਬਾਰੇ? ਉਹਦੇ ਬਾਰੇ ਜਿਵੇਂ ਮੈਂ ਦੇਖਿਆ ਹੁਣ ਆ ਕੇ ਵੀ ਜਿਹੜੀ ਆਪਣੇ ਕੋਲ 132 KV ਦੀ ਪਿੰਸ ਜਿਹੜੀ ਹੋਸਪਿਟਲ ਆ, ਉਹਨੂੰ ਫੀਡ ਕਰਦੀ ਲਾਈਨ ਜਿਹੜੀ ਕਿ ਸੁਲਤਾਨਪੁਰ ਤੋਂ ਆ ਰਹੀ ਹੈ। ਜਿਹੜਾ ਹਾਦਸਾ ਕੱਲ੍ਹ ਵਾਪਰਿਆ ਬਹੁਤ ਹੀ ਦਰਦਨਾਕ ਹੈ, ਅਤੇ ਜਿਹੜੇ ਘਰ ਉੱਪਰ ਵਾਪਰਿਆ ਆਲਰੇਡੀ ਉਹਨਾਂ ਨੂੰ ਆਪਾਂ ਜਿਹੜਾ ਨੋਟਿਸ ਆ ਇਸ ਸੰਬੰਧੀ ਦੇ ਚੁੱਕੇ ਸੀ ਵੀ ਇਹਨੂੰ ਜਿਹੜਾ ਹਟਾਇਆ ਜਾਵੇ, ਬਟ ਨੈਗਲੀਜੈਂਸੀ ਉਹਨਾਂ ਨੇ ਅੱਜ ਵੀ ਸਾਡੇ ਕੋਲ ਕਮਿਟ ਕੀਤੀ ਹੈ ਵੀ ਅਸੀਂ ਇਹਨਾਂ ਨੂੰ ਹਟਾ ਲਵਾਂਗੇ। ਸਰ ਪਹਿਲਾਂ ਵੀ ਨੋਟਿਸ ਦਿੱਤਾ ਗਿਆ, ਕਾਰਵਾਈ ਕਿਉਂ ਨਹੀਂ ਕੀਤੀ ਗਈ ਸਰ ਤੁਹਾਡੇ ਵੱਲੋਂ? ਉਹਨਾਂ ਉੱਪਰ ਜਿਹੜੀ ਬਣਦੀ ਕਾਰਵਾਈ ਜਿਹੜੀ ਸਾਡੇ ਵੱਲੋਂ ਆਲਰੇਡੀ ਕੀਤੀ ਗਈ ਹੈ ਜੀ, ਉਹਨਾਂ ਨੇ ਪਹਿਲਾਂ ਸਾਡੇ ਕੋਲ ਟਾਈਮ ਮੰਗਿਆ ਸੀ ਵੀ ਇਹਨੂੰ ਘੱਟੋ ਘੱਟ ਜਿਹੜਾ ਤੁਸੀਂ ਸਾਨੂੰ 30 ਦਿਨ ਦਾ ਟਾਈਮ ਦਿਓ। 30 ਦਿਨ ਦਾ ਟਾਈਮ ਤੋਂ ਬਾਅਦ ਅਸੀਂ ਉਹ ਫਿਰ ਵਿਜ਼ਿਟ ਕੀਤਾ ਸੀ, ਬਟ ਇਹਨਾਂ ਨੇ ਨਹੀਂ ਹਟਾਇਆ ਜੀ। ਆਫਟਰ ਦੈਨ ਇਹਨਾਂ ਨੂੰ ਫਿਰ ਇੱਕ ਨੋਟਿਸ ਦਿੱਤਾ ਗਿਆ, ਉਸ ਤੋਂ ਬਾਅਦ ਵਿੱਚ ਵੀ ਇਹਨਾਂ ਵੱਲੋਂ ਫਿਰ ਕੋਈ ਕਾਰਵਾਈ ਨਹੀਂ ਕੀਤੀ। ਸਰ ਏਰੀਆ ਕਿਹੜਾ ਪੈਂਦਾ ਜੀ? ਇਹ ਜਿਹੜਾ ਏਰੀਆ ਪੈਂਦਾ ਗ੍ਰੀਨਵੈਲ ਜੀ। ਸਰ ਆਪਣਾ ਨਾਮ ਬੋਲ ਦਿਓ। ਇੰਦਰ ਮੋਹਨਜੀਤ, SU ਟਰਾਂਸਮਿਸ਼ਨ ਲਾਈਨ ਦੇ ਲੱਗੇ। ਠੀਕ ਹੈ।